जेल भरी पई दो चीजा करके जेल भरी पई बंदे काम के काम के करके घर वाली अपने घर वाली मार के जेल चल गई ਇਹ ਹੋ ਜਾਂਦਾ ਬੰਦੇ ਦੇ ਕ੍ਰੋਧ ਜਿਹੜਾ ਵਾ ਉਹ ਬੰਦੇ ਨੂੰ ਘਰ ਵਾਲੀ ਦਾ ਕਤਲ ਕਰ ਦਿੰਦਾ ਮੁੰਡੇ ਦਾ ਕਤਲ ਕਰ ਦਿੰਦਾ ਜੀ ਇੱਧਰ ਕੀ ਹੈ ਪਤਾ ਤੈਨੂੰ ਵੀ ਸਾਰਾ ਅਤੇ ਇੱਧਰ ਕੀ ਹੋਇਆ ਤੂੰ ਉਹ ਸੱਚਾਈ ਬੋਲਦੇ ਤੂੰ ਉਹੀ ਤਾਂ ਦੱਸਣ ਡਿਆ ਸਾਰੇ ਮੁੰਡੇ ਆਉਂਦੇ ਸੀ ਇਹਨਾਂ ਨੂੰ ਮੈਂ ਡੱਕਦਾ ਸੀ ਰਾਤੀ ਹੱਥੋਂ ਪਾਈ ਹੋ ਗਏ ਮੈਨੂੰ ਮਾਰ ਕੁੱਟ ਕੇ ਚਲ ਗਏ ਆ ਕਿੱਥੇ ਕੁੱਟਿਆ ਤੈਨੂੰ ਕੁੱਟੇ ਕਿੱਥੇ ਉੱਥੇ ਹੀ ਸੱਟ ਲੱਗੀ ਤੇ ਕਿੱਥੋਂ ਸੱਟ ਨਹੀਂ ਤਾਂ ਕਿਸੋਂ ਨੁਕਸਾਨ ਮਾਰਿਆ ਨਹੀਂ ਕਿਸੋਂ ਨੁਕਸਾਨ ਮਾਰਿਆ ਤੇ ਮੇਰੇ ਸਾਹ ਨਾਲ ਕੋਈ ਕੁਝ ਲੀਡ ਬਾਜੀ ਬਦੋ ਬਦੋ ਸੁਣੋ ਸੁਣੋ ਮੇਰੀ ਗੱਲ ਕਰਮਜੀਤ ਤੇਰਾ ਨਾਮ जेडी गल असलियत हो ना दस की इन्हे रात में जिदा तेरा झगड़ा आया झगड़ा करे कि मैं मगर की किया दस गल मका दस झगड़ा करके मुंडे नठ गए मेरे मन के बड़ा रोष आया तो मैं अंदर गया नेरे च तो नेरे च महाराज की बाणी जी है मेरे को नेतने भी पाट गया छोड़ी साहब साढ़े सत्त पौने अठ तू आप ਤੇਰਾ ਤੈਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹ ਦੇ ਪੁੱਛਣ ਦੇ ਭਰਾਵਾਂ ਤੌਰ ਤੇ ਪੁੱਛਣ ਦੇ ਭਰਾਵਾਂ ਸਰ ਮੇਰਾ ਉਹਨਾਂ ਮੈਂ ਤੁਹਾਨੂੰ ਭਰਾਵਾਂ ਤੌਰ ਤੇ ਪੁੱਛ ਨਹੀਂ ਕਿ ਤੂੰ ਇੱਕ ਵਾਰ ਸਾਡੀ ਬੋਲਿਆ ਹੁਣ ਇੱਥੇ ਅੜ ਗਿਆ ਉਹ ਭੈਣਾਂ ਜੀ ਦੇ ਸਾਹਮਣੇ ਇੱਥੇ ਹੀ ਆਇਆ ਪਿੱਛੇ ਆਉਂਦੀ ਲੋੜ ਪੈਣੀ ਹੈ ਨਹੀਂ ਪੈਣੀ ਹੈ ਅਜੇ ਤੂੰ ਕਲੀਅਰ ਕਰ ਦੇ ਸਾਰੀ ਗੱਲ ਅੱਜ ਜਿਹੜੀ ਬੇਦ ਪਈ ਹੋਈ ਹੈ ਗੁੱਸਾ ਸਾਹਿਬ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਿੱਖ ਜਥੇਬੰਦੀਆਂ ਵੱਲੋਂ ਥਾਣਾ ਸ੍ਰੀ ਹਰਗੋਬਿੰਦਪੁਰ ਵਿਖੇ ਅਸੀਂ ਪਹੁੰਚੇ ਹਾਂ ਸਾਨੂੰ ਪਤਾ ਲੱਗਾ ਸੀ ਕਿ ਇੱਕ ਸੜਕ ਦੇ ਰੋਡ 'ਤੇ ਖੋਖਾ ਰੱਖ ਕੇ ਕਰਮਜੀਤ ਦੇ ਨਾਂ 'ਤੇ ਵਿਅਕਤੀ ਆਪਣੇ ਖੋਖੇ ਦੇ ਵਿੱਚ ਦੋ ਗੁਟਕੇ ਸਾਹਿਬ ਰੱਖੇ ਹੋਏ ਸਨ ਸੁਖਮਣੀ ਸਾਹਿਬ ਅਤੇ ਨੇਤਨੇਮ ਵਾਲਾ ਇਹਨੂੰ ਕੋਈ ਨੇਤਨੇਮ ਨਹੀਂ ਸੀ ਆਉਂਦਾ ਸ਼ਰਾਬ ਇਹ ਪੀਂਦਾ ਸੀ ਸਮੈਕ ਇਹ ਪੀਂਦਾ ਸੀ ਫੀਮ ਇਹ ਖਾਂਦਾ ਸੀ ਭੁੱਕੀ ਇਹ ਖਾਂਦਾ ਸੀ ਭੰਗ ਇਹ ਪੀਂਦਾ ਸੀ ਇਹਨੇ ਕੀ ਕੀਤਾ ਕਿ ਕਿਸੇ ਨੂੰ ਫਸਾਉਣ ਵਾਸਤੇ ਗੁਟਕੇ ਸਾਹਿਬਾਂ ਦੀ ਬੇਅਦਬੀ ਕਰਕੇ ਫਿਰ ਰੌਲਾ ਪਾ ਦਿੱਤਾ ਜੋ ਸੁਖਦੀਪ ਸਿੰਘ ਜੀ ਜਿਹੜੇ ਜਥੇਬੰਦੀ ਦੇ ਨੁਮਾਇੰਦੇ ਸਨ ਇਹ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਸਥਾਨ ਨੂੰ ਦਰਸ਼ਨ ਕਰਨ ਜਾ ਰਹੇ ਸਨ ਜਦੋਂ ਇਹਨਾਂ ਨੇ ਜਾ ਕੇ ਖੋਖੇ ਵਿੱਚ ਵੇਖਿਆ ਤਾਂ ਗੁਟਕਾ ਸਾਹਿਬ ਦੋਨੋਂ ਹੀ ਪਾਟੇ ਪਏ ਹੋਏ ਸਨ ਬਹੁਤ ਵੱਡੀ ਬੇਅਦਬੀ ਕੀਤੀ ਸੀ ਅਤੇ ਇਹ ਕਿਸੇ ਨੂੰ ਫਸਾਉਣ ਵਾਸਤੇ ਇਹਨੇ ਇਹ ਹਰਕਤ ਕੀਤੀ ਜਦੋਂ ਅਸੀਂ ਪ੍ਰਸ਼ਾਸਨ ਕੋਲ ਲੈ ਕੇ ਆਏ ਹਾਂ ਇੱਥੇ ਐਸ ਐਚ ਓ ਗੁਰੂ ਹਰਗੋਬਿੰਦਪੁਰ ਥਾਣੇ ਦੇ ਵਿੱਚ ਅਤੇ ਇਸ ਐਸ ਐਚ ਓ ਨੇ ਫਿਰ ਆਪਣੇ ਜਿਹੜੇ ਪੁੱਛਗਿੱਛ ਦੇ ਵਿੱਚ ਇਸ ਨੂੰ ਪੁੱਛਿਆ ਕਿ ਤੂੰ ਇਹ ਕੀਤਾ ਇਹ ਮੰਨ ਗਿਆ ਕਿ ਮੈਂ ਇਹ ਬੇਅਦਬੀ ਕੀਤੀ ਆ ਉਹਨਾਂ ਨੂੰ ਫਸਾਉਣ ਵਾਸਤੇ ਅਤੇ ਅਸੀਂ ਮੰਗ ਕਰਦੇ ਹਾਂ ਕਿ ਇਹ ਦੋਸ਼ੀ ਜਿਹੜੇ ਬੇਅਦਬੀਆਂ ਕਰ ਰਹੇ ਨੇ ਇਹਨਾਂ ਨੂੰ ਸਜ਼ਾ ਇੱਦਾਂ ਦੀ ਮਿਲਣੀ ਚਾਹੀਦੀ ਆ ਤੁਰੰਤ ਪਾ ਕੇ ਭਾਵੇਂ ਫਾਂਸੀ ਹੋ ਜਾਵੇ ਨਹੀਂ ਤਾਂ ਇਹਨਾਂ ਨੂੰ ਸਜ਼ਾ ਇੱਦਾਂ ਦੀ ਚਾਹੀਦੀ ਜਿਵੇਂ ਉਮਰ ਕੈਦ ਹੋ ਜਾਵੇ ਇੱਦਾਂ ਦੀ ਸਜ਼ਾ ਮਿਲੇ ਤਾਂ ਇਹ ਬੇਅਦਬੀਆਂ ਰੁਕ ਸਕਦੀਆਂ ਨੇ ਨਹੀਂ ਤਾਂ ਨਵੀਂ ਤੋਂ ਨਵੀਂ ਘਟਨਾਵਾਂ ਕੋਈ ਨਾ ਕੋਈ ਵਾਪਰ ਰਹੀ ਹੈ ਇਹ ਕਈਆਂ ਥਾਵਾਂ 'ਤੇ ਇੱਦਾਂ ਦੇ ਮੁੱਦੇ ਸਾਨੂੰ ਮਿਲੇ ਨੇ ਬੇਅਦਬੀਆਂ ਵਾਲੇ ਕਿ ਜਿਹੜੇ ਕਿਸੇ ਨੂੰ ਫਸਾਉਣ ਵਾਸਤੇ ਗੁਟਕਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਵੀ ਪਾੜ ਦਿੱਤੇ ਜਾਂਦੇ ਨੇ ਅਸੀਂ ਪੰਜਾਬ ਸਰਕਾਰ ਕੋਲੋਂ ਅਤੇ ਸੈਂਟਰ ਸਰਕਾਰ ਕੋਲੋਂ ਮੰਗ ਕਰਦੇ ਹਾਂ ਜਥੇਬੰਦੀਆਂ ਕਿ ਇਹ ਧਾਰਾ ਦੀ ਵੀ ਸੋਧ ਕੀਤੀ ਜਾਵੇ ਅਤੇ ਇਹ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਿੰਡਾਂ ਸੀ ਪਹਿਲੀ ਪੁਰਾਣੀ ਰੰਜਰ ਸੀਗੀ ਸਾਡੇ ਚਾਚੇ ਦਾ ਜੋ ਪੁਰਾਣਾ ਯਾਨੀ ਕਿ ਸ਼ਰੀਕਾਂ ਦਾ ਹਿਸਾਬ ਤਾ ਸਾਡੀ ਕਾਸਟ ਦਾ ਹੀ ਠੀਕ ਹੈ ਅਤੇ ਪੁਰਾਣੀ ਰੰਜਿਸ਼ ਕਰਕੇ ਇਹਨੇ ਸਾਡਾ ਨਾਂ ਲਾਤਾ ਵੀ ਇਹਦਾ ਨਾਂ ਕੀ ਇਹਨਾਂ ਨੇ ਬੇਇੱਜ਼ਤੀ ਕੀਤੀ ਖੁਦ ਪਾੜ ਕੇ ਸਾਨੂੰ ਇਹ ਗੱਲ ਦਾ ਪਤਾ ਵੀ ਕੋਈ ਨਹੀਂ ਮੈਂ ਭਾਈ ਦਾ ਕੰਮ ਕਰਦਾ ਮੈਂ ਕੰਮ ਕੁੰਮ ਤੇ ਹੁਣ ਕੰਮ ਤੋਂ ਆਇਆ ਇਸੇ ਕਰਕੇ ਅਤੇ ਕਿੰਨੇ ਜਣੇ ਨਾਂ ਲਾਇਆ ਜਾ ਰਿਹਾ ਸਾਡਾ ਜ਼ਿਆਦਾ ਤਿੰਨਾਂ ਜਣਿਆਂ ਦਾ ਨਾਂ ਲਾਇਆ ਮੈਂ ਇਹ ਤੁਸੀਂ ਕੀ ਮੰਗ ਕਰਦੇ ਇਹਦੇ ਬਾਰੇ ਕਿ ਜਿੱਦਾਂ ਇਹਨੇ ਗੁਟਕਾ ਸਾਹਿਬ ਨੂੰ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਠੀਕ ਹੈ ਕੱਲ੍ਹ ਨੂੰ ਕੋਈ ਪਤਾ ਨਹੀਂ ਹੈਗਾ ਅਸੀਂ ਕੰਮ ਕੁੰਮ ਤੇ ਜਾਈਦਾ ਸਵੇਰੇ ਤੜਕੇ ਕੋਈ ਹਿਸਾਬ ਕਿਤਾਬ ਕਰਦੇ ਜਾਂ ਕੋਈ ਸਾਡੇ ਨਾਲ ਇੱਦਾਂ ਦਾ ਕੋਈ ਵਾਰਦਾਤ ਕਰਦੇ ਕਿਉਂਕਿ ਅਸੀਂ ਅੱਜ ਤੱਕ ਕਦੀ ਕਿਸੇ ਨਾਲ ਲੜੇ ਨਹੀਂ ਕਿਸੇ ਦਾ ਹਿਸਾਬ ਕਿਤਾਬ ਮਾੜਾ ਚੰਗਾ ਕੀਤਾ ਨਹੀਂ ਅਸੀਂ ਗਲੀ ਗੁਆਂਢ ਨੇ ਜਿੰਨੇ ਜਿਹਨਾਂ ਨੂੰ ਪੁੱਛਿਆ ਸਾਰਿਆਂ ਨੇ ਸਾਡੇ ਵੱਲ ਦੀ ਗੱਲ ਕੀਤੀ ਹੈ ਵਾਹਿਗੁਰੂ ਦਾ ਸ਼ੁਕਰ ਕਰਦੇ ਹਾਂ ਬਚਾ ਤਾ ਅਸੀਂ ਅੱਜ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਥਾਣਾ ਸ਼੍ਰੀ ਹਰਗੋਬਿੰਦਪੁਰ ਆ ਜੀ ਸਾਡਾ ਸਾਨੂੰ ਇਨਫੋਰਮੇਸ਼ਨ ਮਿਲੀ ਕੋਕਲਾ ਮਹੱਲਾ ਸ਼੍ਰੀ ਹਰਗੋਬਿੰਦਪੁਰ ਹੀ ਕਿ ਗੁਟਕਾ ਸਾਹਿਬ ਦੀ ਬੇਅਦਬੀ ਹੋਈ ਆ ਕਰਮ ਸਿੰਘ ਨੇ ਜਿਹੜੇ ਆ ਉਹਦੀ ਕੁੱਲੀ ਆ ਇੱਕ ਕੁੱਲੀ 'ਚ ਰਹਿੰਦਾ ਸੀ ਜਿਹਨੇ ਕਿ ਆਪ ਹੀ ਕਰਕੇ ਅਤੇ ਆਪ ਹੀ ਇਹ ਕਹਿਣ ਲੱਗ ਪਿਆ ਕਿ ਮੇਰੇ ਪੰਜ ਬਾਣੀਆਂ ਅਤੇ ਗੁਟਕਾ ਸਾਹਿਬ ਦਾ ਜਿਹੜੇ ਹੈਗੇ ਆ ਇਹਨਾਂ ਦੀ ਬੇਅਦਬੀ ਕਰਤੀ ਕਿਸੇ ਨੇ ਲੇਕਿਨ ਜਦ ਅਸੀਂ ਆਈਡੈਂਟੀਫਾਈ ਸਾਰਾ ਕੀਤਾ ਤਾਂ ਇਹ ਖੁਦ ਹੀ ਸਾਡੇ ਕੋਲੋਂ ਮੰਨਿਆ ਕਿ ਮੈਂ ਗੁੱਸੇ 'ਚ ਆ ਕੇ ਰਾਤੀ ਇਹ ਕੰਮ ਕਰਕੇ ਅਤੇ ਰਾਤ ਗੁਟਕਾ ਸਾਹਿਬ ਨੇ ਰੱਖਤਾ ਅਸੀਂ ਪਰਚਾ ਦਰਜ ਕਰ ਰਹੇ ਹਾਂ 294 'ਚ ਅਤੇ ਨਾਲ ਹੀ ਇਹਦੀ ਦਸਟ ਪਾ ਵਜ੍ਹਾ ਕੀ ਜੀ ਕਰ ਲਈ ਬਸ ਉਹ ਜਿੱਦਾਂ ਭੰਗ ਭੁੰਗ ਪੀਂਦਾ ਅਤੇ ਉਹਦੇ ਜ਼ੋਰ 'ਚ ਆ ਕੇ ਗੁੱਸੇ 'ਚ ਕਹਿੰਦਾ ਆ ਕੇ ਅਤੇ ਮੈਂ ਇਹਨਾਂ ਨੂੰ ਪਛਾਣ ਮਾਰਿਆ ਕਿਸੇ ਨੂੰ ਝੂਠਾ ਅੱਛਾ ਰੰਜਸ਼ ਹੀ ਕੋਈ ਹਾਂ ਨਿਹੰਗ ਸਿੰਘ ਹੈ ਮੈਡਮ ਹਾਂਜੀ ਨਿਹੰਗ ਸਿੰਘ